ਬ੍ਰੈਂਟਨ ਦੇ ਵਿੱਚ ਪੰਜ ਨੌਕਰੀਆਂ ਲੈਣ ਦੇ ਲਈ 5.5 ਕਿਲੋਮੀਟਰ ਦੀ ਲਾਈਨ ਲੱਗੀ ਹੋਈ ਸੀ ਜੇ ਪੰਜਾਬ ਦੇ ਵਿੱਚ ਅਨਇੰਪਲੋਇਮੈਂਟ ਹੈ ਬਾਹਰ ਜਾ ਕੇ ਕਿਹੜਾ ਸਰੂ ਡੀਸੀ ਲਈ ਜਾਂਦੇ ਆ ਉਹ ਜੇ ਇਹੀ ਇੱਕ ਮਾਹੌਲ ਸਿਰਜਿਆ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਸਿਰਫ ਨਸ਼ੇ ਹੀ ਆ ਇੱਕ ਮਾਹੌਲ ਸਿਰਜਿਆ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਕੁਝ ਨੌਕਰੀਆਂ ਹੀ ਨਹੀਂ ਹੋ ਸਕਦੀਆਂ ਉਸ ਮਾਹੌਲ ਨੂੰ 4-5 ਮਿੰਟ ਸਿਰਫ ਇਸ ਗੱਲ ਹੀ ਮੁੱਦੇ ਤੇ ਗੱਲ ਚੱਲਦੀ ਰਹੀ ਤੁਸੀਂ ਪੱਗ ਕਿਉਂ ਬੰਨਨੀ ਹੈ ਬਠਿੰਡਾ ਦੇ ਵਿੱਚ ਇਕ ਐਲਸ ਦੇ ਹਬਦੇ ਵਿੱਚ ਇੱਕ ਪ੍ਰੋਪਰ ਆਈਐਸ ਦਾ ਡੈਡੀਕੇਟਡ ਇੰਸਟਿਟਿਊਟ ਕੋਲਣਾ ਇੰਨੀ ਸੀ ਜਿਵੇਂ ਪ੍ਰਿੰਡਾਂ ਦੇ ਖੱਖਰ ਨੂੰ ਹੱਥ ਪਾਉਣਾ ਹੋਵੇ ਕੁਝ ਸੋਸ਼ਲ ਮੀਡੀਆ ਦੇ ਚੈਨਲ ਤਾਂ ਇਹ ਜੇ ਸੀ ਜਿਨ੍ਹਾਂ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਤੁਹਾਡੀ ਗੱਲ ਦੇ ਵਿੱਚ ਮਸਾਲਾ ਨਹੀਂ ਹੈ 1980 1990 ਦੇ ਦਹਾਕਿਆਂ ਦੇ ਵਿੱਚ ਪੰਜਾਬੀ ਪੰਜਾਬ ਦੇ ਹਿੱਚੇ ਨਹੀਂ ਪੂਰੇ ਦੇਸ਼ ਦੇ ਵਿੱਚ ਆਈਐਸ ਤੇ ਆਈਪੀਐਸ ਦੀ ਕੁਰਸੀਆਂ ਤੇ ਬੈਠ ਸਕਦੇ ਸੀ ਤਾਂ ਅੱਜ ਕਿਉਂ ਨਹੀਂ इज्जत ਤੇ ਨਾਮ ਕਮਾਉਣ ਦੇ ਲਈ ਮੁੱਢ ਤੋਂ ਹੀ ਗਰੀਬ ਤੇ ਮਿਡਲ ਕਲਾਸ ਦੇ ਲੋਕ ਬਹੁਤ ਮਿਹਨਤ ਕਰਦੇ ਰਹੇ ਨੇ ਕੁਝ ਨੂੰ ਸਕਸੈਸ ਬਹੁਤ ਜਲਦੀ ਮਿਲ ਜਾਂਦੀ ਹੈ ਕੁਝ ਨੂੰ ਸਕਸੈਸ ਕੁਝ ਰੁੱਕ ਕੇ ਮਿਲਦੀ ਹੈ ਤੇ ਕੁਝ ਨੂੰ ਸਕਸੈਸ ਮਿਲਦੀ ਹੀ ਨਹੀਂ ਕਈ ਪੀੜੀਆਂ ਤੱਕ ਵੇਟ ਕਰਨੀ ਪੈਂਦੀ ਹੈ ਰੱਬ ਨੇ ਮੈਨੂੰ ਬਹੁਤ ਮਿਹਨਤ ਕਰਵਾਈ ਤੇ ਬਹੁਤ ਮਿਹਨਤ ਤੋਂ ਬਾਅਦ ਬਹੁਤ ਹੀ ਵੱਡੀ ਜ਼ਿੰਮੇਵਾਰੀ ਮੇਰੀ ਝੋਲੀ ਦੇ ਵਿੱਚ ਪਾ ਦਿੱਤੀ ਮੈਂ ਲਸ਼ਮਣ ਸਿੰਘ ਮਲੂਕਾ ਮੇਰਾ ਜਨਮ ਬਠਿੰਡਾ ਸ਼ਹਿਰ ਦੇ ਮਲੂਕਾ ਪਿੰਡ ਦੇ ਵਿੱਚ ਹੋਇਆ ਇੱਕ ਆਮ ਪਰਿਵਾਰ ਦੇ ਵਿੱਚ ਹੋਇਆ ਤੇ ਮੁੱਢਲੀ ਵਿੱਦਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਹੀ ਕੀਤੀ ਵਿੱਦਿਆ ਦੇ ਵਿੱਚ ਪੜ੍ਹਾਈ ਦੇ ਵਿੱਚ ਵਧੀਆ ਹੋਣ ਕਰਕੇ ਪਿੰਡ ਦੇ ਵਿੱਚ ਮਦਨ ਮਾਸਟਰ ਜੀ ਨੇ ਮੇਰੇ ਫਾਦਰ ਸਾਹਿਬ ਸਰਦਾਰ ਰਵੀਰ ਸਿੰਘ ਜੀ ਨੂੰ ਕਿਹਾ ਕਿ ਬੱਚਾ ਪੜਨ ਵਾਲਾ ਹੈ ਤੇ ਇਸ ਨੂੰ ਪ੍ਰਾਈਵੇਟ ਸਕੂਲ ਤੇ ਇੰਗਲਿਸ਼ మీడియం ਸਕੂਲ ਦੇ ਵਿੱਚ ਪਾਓ ਮੇਰੇ ਫਾਦਰ ਸਾਹਿਬ ਨੇ ਮੈਨੂੰ ਤੇ ਮੇਰੇ ਭਰਾ ਰਾਮ ਸਿੰਘ ਨੂੰ ਬਠਿੰਡੇ ਇੱਕ ਇੰਗਲਿਸ਼ మీడియం ਸੈਂਟ ਜੇਵੀਅਰ ਸਕੂਲ ਦੇ ਵਿੱਚ ਪਾ ਦਿੱਤਾ ਇੱਕ ਪੰਜਾਬੀ మీడియం ਦਾ ਟਾਪਰ ਇੱਕ ਇੰਗਲਿਸ਼ మీడియం ਦੇ ਵਿੱਚ ਆ ਕੇ ਇੱਕ ਐਵਰੇਜ ਸਟੂਡੈਂਟ ਬਣ ਕੇ ਰਹਿ ਗਿਆ ਸੀ ਇੱਕ ਬਹੁਤ ਵੱਡੀ ਪ੍ਰੋਬਲਮ ਸੀ ਜਿਸ ਨੂੰ ਟੈਕਲ ਕਰਨਾ ਇੱਕ ਬੱਚੇ ਦੇ ਲਈ ਕੰਪੈਰੀਟਿਵਲੀ ਕਾਫੀ ਮੁਸ਼ਕਲ ਸੀ ਮੇਰੇ ਫਾਦਰ ਨੇ ਸਾਨੂੰ ਪੜਾਉਣ ਦੇ ਲਈ ਬਹੁਤ ਸੈਕਰੀ ਮਲੂਕੇ ਤੋਂ ਬਠਿੰਡਾ ਸ਼ਹਿਰ ਕੁਝ 50 ਕਿਲੋਮੀਟਰ ਦੂਰ ਹੈ ਸਕੂਟਰ ਤੇ ਸਾਨੂੰ ਲੈ ਕੇ ਆਉਂਦੇ ਸਕੂਰੇ ਸਕੂਲ ਛੱਡ ਕੇ ਜਾਂਦੇ ਤੇ ਉਸ ਤੋਂ ਬਾਅਦ ਸਕੂਲ ਤੋਂ ਬਾਅਦ ਲੈ ਕੇ ਵੀ ਜਾਂਦੇ ਤੇ ਆਪਦੇ ਕੰਮ ਕਰਦੇ ਵਿੱਚ ਵੀ ਧਿਆਨ ਰੱਖਦੇ ਕੁਝ ਸਮਾਂ ਇੰਜ ਹੀ ਚੱਲਦਾ ਰਿਹਾ ਤੇ ਬਾਅਦ ਵਿੱਚ ਮੇਰੇ ਫਾਦਰ ਸਾਹਿਬ ਨੇ ਡਿਸਾਈਡ ਕੀਤਾ ਕਿ ਅਸੀਂ ਬਠਿੰਡੇ ਸ਼ਿਫਟ ਕਰਦੇ ਹਾਂ ਤੇ ਉਹ ਆਪ ਅਪ ਡਾਊਨ ਕਰਾ ਕਰਨੇ ਕਿ ਕੰਮ ਕਰਦੇ ਲਈ ਇਸ ਤਰੀਕੇ ਨਾਲ ਹੀ ਆਪਜੀ ਸਕੂਲ ਪੜ੍ਹਾਈ ਪੂਰੀ ਕੀਤੀ ਸਕੂਲ ਤੋਂ ਬਾਅਦ ਜਦੋਂ ਸਰਕਾਰੀ ਰਜਿੰਦਰਾ ਕਾਲਜ ਦੇ ਵਿੱਚ ਪੂਰੀ ਪੜ੍ਹਾਈ ਦੇ ਲਈ ਬੀਏ ਕੀਤਾ ਹਿਸਟਰੀ ਜੀਓਗ੍ਰਾਫੀ ਪੋਲੀਟੀਕਲ ਸਾਇੰਸ ਦੇ ਵਿੱਚ ਬੀਏ ਕੀਤੀ ਤਾਂ ਇੱਕ ਜੱਜਵਾ ਸੀ ਕਿ ਪੇਰੈਂਟਸ ਦੀ ਉਮੀਦ ਹੈ ਕਿ ਉਹਨਾਂ ਦਾ ਬੱਚਾ ਆਈਐਸ ਬਣੇ ਫਾਦਰ ਸਾਹਿਬ ਦਾ ਡ੍ਰੀਮ ਸੀ ਕਿ ਉਹਨਾਂ ਦਾ ਬੱਚਾ ਆਈਐਸ ਬਣੇ ਕਈ ਵਾਰ ਪ੍ਰੋਫੈਸਰਸ ਤੋਂ ਇਹ ਪੁੱਛ ਲੈਂਦੇ ਕਿ ਆਈਐਸ ਦੀ ਤਿਆਰੀ ਕਿਵੇਂ ਕਰਨੀ ਹੈ ਪ੍ਰੋਫੈਸਰਸ ਇੱਕ ਮਜ਼ਾਕ ਦੇ ਵਿੱਚ ਕਹਿ ਦਿੰਦੇ ਹਜੇ ਤਾਂ ਤੁਹਾਡੇ ਘੁੰਮਣ ਫਿਰਨ ਦੇ ਦਿਨ ਹਨ ਹਜੇ ਆਈਐਸ ਦੀ ਤਿਆਰੀ ਇਹੋ ਜੀਆਂ ਤਿਆਰੀਆਂ ਤਾਂ ਕਾਲਜ ਤੋਂ ਬਾਅਦ ਹੀ ਹੁੰਦੀਆਂ ਨੇ ਕਿਸੇ ਨੂੰ ਕੁਝ ਪਤਾ ਨਹੀਂ ਸੀ ਪੇਰੈਂਟਸ ਸਾਹਿਬ ਪੜੇ ਲੈ ਕੇ ਨਹੀਂ ਸਨ ਮਾਪਿਓ ਜਿਆਦਾ ਪੜੇ ਲੈ ਕੇ ਨਹੀਂ ਹਨ ਕੋਈ ਇਨਫੋਰਮੇਸ਼ਨ ਆਈਐਸ ਬਾਰੇ ਜਾਣਕਾਰੀ ਦੇਣ ਵਾਲੇ ਘਰ ਦੇ ਵਿੱਚ ਵੀ ਨਹੀਂ ਸੀ ਗ੍ਰੈਜੂਏਸ਼ਨ ਤੋਂ ਬਾਅਦ ਮੇਰੀ ਐਡਮਿਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹੋ ਗਈ ਪਰ 2-3 ਮਹੀਨੇ ਦੇ ਬਾਅਦ ਹੀ ਮੈਂ ਆਪਣੇ ਪਿਤਾ ਜੀ ਦੇ ਡ੍ਰੀਮ ਨੂੰ ਪੂਰਾ ਕਰਨ ਲਈ ਦਿੱਲੀ ਇੱਕ ਬਹੁਤ ਵੱਡੇ ਕੋਚਿੰਗ ਇੰਸਟੀਚਿਊਟ ਦੇ ਵਿੱਚ ਆਈਐਸ ਦੀ ਤਿਆਰੀ ਕਰਨ ਦੀ ਐਡਮਿਸ਼ਨ ਲੈ ਲਈ ਐਡਮਿਸ਼ਨ ਲੈਣ ਦੇ ਇੱਕ ਅੱਗੇ ਅੱਡੀ ਚਾ ਸੀ ਇਸ ਤਰੀਕੇ ਨਾਲ ਬਲੀਵ ਹੋ ਰਿਹਾ ਸੀ ਯਾਰ ਅੱਧੇ ਡੀਸੀ ਦਾ ਪਾ ਬਾਨੀ ਗਏ ਇਸ ਤਰੀਕੇ ਨਾਲ ਫੀਲਿੰਗ ਆ ਰਹੀ ਸੀ ਕਿ ਇਸ ਤਰੀਕੇ ਨਾਲ ਇੱਕ ਮਾਹੌਲ ਸਿਰਜਿਆ ਹੋਇਆ ਸੀ ਜਦੋਂ ਕੋਚਿੰਗ ਇੰਸਟੀਚਿਊਟ ਦੇ ਤਿਆਰੀ ਕਰਨ ਦੇ ਵਿੱਚ ਪਹਿਲੀ ਕਲਾਸ ਦੇ ਵਿੱਚ ਗਏ ਤਾਂ 7-800 ਬੱਚਾ ਕਲਾਸ ਦੇ ਵਿੱਚ ਬੈਠਾ ਸੀ ਪੰਜਾਬ ਦੇ ਵਿੱਚ ਕਹਾਵਤ ਹੈ ਜਿਵੇਂ ਖੁੱਡਿਆਂ ਦੇ ਵਿੱਚ ਕਬੂਤਰ ਤਾੜੇ ਹੁੰਦੇ ਆ ਉਸ ਤਰੀਕੇ ਨਾਲ ਬੱਚੇ ਤਾੜੇ ਹੋਏ ਸੀ ਕੋਈ ਇੱਕ ਟੀਚਰ ਦੇ ਨਾਲ ਗੱਲ ਕਰਨ ਦੀ ਇੱਕ ਪੰਜਾਬੀ ਮੀਡੀਅਮ ਤੋਂ ਵਿੱਚੋਂ ਪੜੇ ਹੋਏ ਬੱਚੇ ਦੀ ਹਿੰਮਤ ਵੀ ਨਹੀਂ ਪੈ ਰਹੀ ਸੀ ਇੱਕ ਬਹੁਤ ਵੱਡਾ ਆਉਰਾ ਕ੍ਰੀਏਟ ਕੀਤਾ ਹੋਇਆ ਸੀ ਜੋ ਵੀ ਡਾਊਟ ਤਿਆਰੀ ਕਰਦੇ ਹੋਏ ਉਹ ਡਾਊਟ ਬਣ ਕੇ ਹੀ ਰਹਿ ਗਏ ਤੇ 2 ਸਾਲਾਂ ਦੇ ਬਾਅਦ ਮੈਂ ਆਪਣੀ ਮਾਂ ਨੂੰ ਕਹਿ ਦਿੱਤਾ ਸੀ ਮੈਨੂੰ ਯੂਪੀਸੀ ਦੇ ਬਾਰੇ ਪਤਾ ਹੀ ਨਹੀਂ ਲੱਗਿਆ ਕਿਉਂ ਕਿ ਪੜਾਇਆ ਕੁਝ ਜਾ ਰਿਹਾ ਸੀ ਤੇ ਪੇਪਰ ਦੇ ਵਿੱਚ ਕੁਝ ਪੁੱਛਿਆ ਜਾ ਰਿਹਾ ਸੀ ਇਹ ਦੋਨਾਂ ਦੇ ਵਿੱਚ ਕਦੇ ਵੀ ਗੈਪ ਪੂਰਾ ਫੁੱਲਫਿਲ ਹੋ ਹੀ ਨਹੀਂ ਸਕਿਆ ਬਾਅਦ ਦੇ ਵਿੱਚ ਕੁਝ ਦੋਸਤ ਮਿਲੇ ਕੁਝ ਸਿਲੈਕਟਡ ਕੈਂਡੀਡੇਟਸ ਮਿਲੇ ਜਿਨ੍ਹਾਂ ਨਾਲ ਵਧੀਆ ਦੋਸਤੀ ਹੋਈ ਇੱਕ ਅਸੀਤ ຢਾਦਵ ਅੱਜਕੱਲ ਮੱਧ ਪ੍ਰਦੇਸ਼ ਦੇ ਵਿੱਚ ਆਈਪੀਐਸ ਪੋਸਟਡ ਹਨ ਉਹਨਾਂ ਨੇ ਗਾਈਡ ਕੀਤਾ ਮਿਹਨਤ ਜਾਰੀ ਰੱਖੀ ਤੇ ਨੈਕਸਟ ਈਅਰ ਹੀ ਇੰਟਰਵਿਊ ਕਾਲ ਵੀ ਆ ਗਈ ਪਰ ਫਾਈਨਲ ਸਿਲੈਕਸ਼ਨ ਨਹੀਂ ਹੋ ਪਾਈ 2013 ਦੇ ਵਿੱਚ ਮੈਂ ਯੂਪੀਐਸਸੀ ਦੀ ਤਿਆਰੀ ਛੱਡ ਕੇ ਪੂਨੇ ਐਮਆਈਟੀ ਸਕੂਲ ਆਫ ਗਵਰਨੈਂਸ ਦੇ ਵਿੱਚ ਐਡਮਿਸ਼ਨ ਲਈ ਮੈਂ ਮੰਨਦਾ ਹਾਂ ਕਿ ਮੇਰੀ ਜ਼ਿੰਦਗੀ ਦੇ ਸਭ ਤੋਂ ਵਧੀਆ ਫੈਸਲਿਆਂ ਦੇ ਵਿੱਚੋਂ ਇੱਕ ਫੈਸਲਾ ਇਹ ਸੀ ਮੇਰਾ ਦੁਨੀਆ ਨੂੰ ਦੇਖਣ ਦਾ ਇੱਕ ਨਜ਼ਰੀਆ ਹੀ ਬਦਲ ਚੁੱਕਿਆ ਸੀ ਅੱਜ ਤੱਕ ਇੱਕ ਯੂਪੀਐਸਸੀ ਦੀ ਤਿਆਰੀ ਕਰਨ ਵਾਲਾ ਸਟੂਡੈਂਟ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਸੀਮਿਤ ਕਰਕੇ ਰੱਖਿਆ ਹੋਇਆ ਸੀ ਹੁਣ ਇੱਕ ਸੁਸਾਇਟੀ ਦੇ ਵਿੱਚ ਜਾ ਕੇ ਅਲੱਗ ਡਾਈਮੈਂਸ਼ਨ ਦੇ ਨਾਲ ਦੁਨੀਆ ਦੇਖ ਰਿਹਾ ਸੀ ਯੂਪੀਐਸਸੀ ਦੇ ਇੰਟਰਵਿਊ ਦੇਣ ਦੇ ਬਾਵਜੂਦ ਵੀ ਪਹਿ ਕਿ ਆਪਦੇ ਆਪ ਨੂੰ ਇੰਟਰੋਡਿਊਸ ਕਰੋ ਸੱਚ ਮੰਨਿਓ ਮੈਂ ਆਪਦੇ ਬਾਰੇ 20 ਸਕਿੰਟ ਵੀ ਬੋਲ ਨਹੀਂ ਪਾਇਆ ਤੇ 6 ਮਹੀਨਿਆਂ ਦੇ ਬਾਅਦ ਇੰਨਾ ਜ਼ਿਆਦਾ ਟ੍ਰੇਨ ਕਰ ਦਿੱਤਾ ਗਿਆ ਇੰਨਾ ਜ਼ਿਆਦਾ ਮੈਂਟਰਿੰਗ ਕਰ ਦਿੱਤੀ ਗਈ ਕਿ ਮੈਂ 8000 ਤੋਂ ਜ਼ਿਆਦਾ ਲੋਕਾਂ ਦੇ ਅੱਗੇ ਖੜਕੇ ਵੀ ਸਪੀਚਸ ਦਿੱਤੀਆਂ ਨੇ ਇੱਕ ਬਹੁਤ ਵਾਈਡ ਐਕਸਪੋਜ਼ਰ ਹੋਇਆ ਮੈਂ ਹਰ ਪੰਜਾਬ ਦੇ ਹਰ ਸਟੂਡੈਂਟ ਨੂੰ ਅਪੀਲ ਕਰੂੰਗਾ ਇਹੋ ਜਿਹਾ ਸਕੂਲ ਆਫ ਗਵਰਨੈਂਸ ਦਾ ਕੋਰਸ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਹੀ ਜਗ੍ਹਾ ਤੇ ਹੁੰਦਾ ਹੈ ਉਹ ਡੈਫੀਨਿਟਲੀ ਕਰਨਾ ਚਾਹੀਦਾ ਹੈ ਤੁਹਾਡੀ ਪਰਸਨੈਲਿਟੀ ਨਿਖਰ ਕੇ ਆਊਗੀ ਜੋ ਅੰਦਰ ਦਾ ਕੋਹਿਨੂਰ ਆ ਤੁਹਾਡਾ ਉਹ ਨਿਕਲ ਕੇ ਆਊਗਾ ਇਸ ਕੋਰਸ ਦੇ ਦੌਰਾਨ ਅਸੀਂ ਅਣਗਿਣਤ ਲੋਕਾਂ ਨੂੰ ਮਿਲੇ ਬਹੁਤ ਸਾਰੇ ਮਨਿਸਟਰਸ ਨੂੰ ਮਿਲੇ ਕਈ ਗਵਰਨਰਸ ਨੂੰ ਮਿਲੇ ਐਮਪੀਜ਼ ਨੂੰ ਮਿਲੇ ਐਮਐਲਏਜ਼ ਨੂੰ ਮਿਲੇ ਰਿਲੀਜੀਅਸ ਹੈਡਸ ਨੂੰ ਮਿਲੇ ਤੇ ਛੁੱਗੀਆਂ ਛੋਪੜੀਆਂ ਦੇ ਵਿੱਚ ਵੀ ਜਾ ਕੇ ਜ਼ਿੰਦਗੀ ਕਿਸ ਤਰੀਕੇ ਨਾਲ ਰੀਅਲਟੀ ਵਿੱਚ ਐਗਜ਼ਿਸਟ ਕਰਦੀ ਹੈ ਉਹ ਵੀ ਦੇਖਣ ਨੂੰ ਮਿਲਿਆ ਹੁਣ ਮੇਰਾ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਇੱਕ ਬਦਲ ਚੁੱਕਿਆ ਸੀ ਹੁਣ ਫਿਰ ਸੋਚਿਆ ਕਿ ਇੱਕ ਅਟੈਂਪਟ ਪਿਆ ਹੈ ਯੂਪੀਐਸਸੀ ਦੀ ਤਿਆਰੀ ਫੇਰ ਕੀਤੀ ਜਾਵੇ ਪਰ ਹੁਣ ਅੱਜ ਤੱਕ ਮੈਂ ਯੂਪੀਐਸਸੀ ਦੀ ਤਿਆਰੀ ਕੀਤੀ ਸੀ ਮੈਂ ਆਪਦੇ ਲਈ ਪੜ ਰਿਆ ਸੀ ਤੇ ਆਪਦੇ ਫਾਦਰ ਦੇ ਡਰੀਮ ਨੂੰ ਫੁੱਲਫਿਲ ਕਰਨ ਲਈ ਪੜ ਰਿਆ ਸੀ ਪਰ ਹੁਣ ਇੱਕ ਸਮਝ ਆ ਚੁੱਕੀ ਸੀ ਜੇ ਆਈਐਸ ਬੰਨਾ ਹੈ ਤਾਂ ਸਮਾਰਟ ਦੇ ਲਈ ਬੰਨਾ ਹੈ ਇੱਕ ਵੱਡਾ ਔਰਾ ਮੇਰੇ ਦਿਮਾਗ ਦੇ ਵਿੱਚ ਖੁੱਲ ਚੁੱਕਿਆ ਸੀ ਪੂਨੇ ਤੋਂ ਜਦੋਂ ਦਿੱਲੀ ਵਾਪਸ ਆਏ ਤਾਂ ਮੇਰੇ ਪ੍ਰੀਲਿਮਸ ਐਗਜ਼ਾਮ ਦੇ ਵਿੱਚ ਸਿਰਫ 20 ਤੋਂ 22 ਦਿਨ ਬਚੇ ਹਨ 1.5 ਸਾਲ ਤੱਕ ਪੜਾਈ ਦੇ ਨਾਲ ਕੋਈ ਟੱਚ ਨਹੀਂ ਸੀ ਇੱਕ ਅਲੱਗ ਦੁਨੀਆ ਦੇ ਵਿੱਚ ਲੈ ਕੇ ਆਏ ਸੀ ਤੇ ਹੁਣ ਦੁਬਾਰਾ ਤੋਂ ਯੂਪੀਐਸਸੀ ਦੇ ਫੀਲਡ ਵਿੱਚ ਆਉਣਾ ਸੀ ਬਹੁਤ ਮੁਸ਼ਕਿਲ ਸੀ ਦਿਨ ਰਾਤ ਇੱਕ ਕੀਤਾ ਬਹੁਤ ਮਿਹਨਤ ਕੀਤੀ ਤੇ ਪ੍ਰੀਲਿਮਸ ਦਾ ਐਗਜ਼ਾਮ ਕਲੀਅਰ ਵੀ ਹੋ ਗਿਆ ਮੇਨਸ ਦਾ ਐਗਜ਼ਾਮ ਦੀ ਵਾਰੀ ਆਈ ਅਪ੍ਰੋਕਸੀਮੇਟਲੀ ਪੌਣੇ 2 ਸਾਲ ਹੋ ਗਏ ਸੀ ਜਦੋਂ ਮੇਨਸ ਦਾ ਕੋਈ ਕਨਸੈਪਟ ਯੂਪੀਐਸ ਲਈ ਪੜਿਆ ਹੀ ਨਹੀਂ ਸੀ ਜਦੋਂ ਰਿਜ਼ਲਟ ਆਉਣ ਤੋਂ ਬਾਅਦ ਜਿਹੜਾ ਪੌਣੇ 3 ਮਹੀਨੇ ਮੇਰੇ ਮੇਨਸ ਐਗਜ਼ਾਮ ਦੇ ਵਿਚਾਲੇ ਸੀ ਮੈਂ ਆਪਣੇ ਕਮਰੇ ਦੇ ਵਿੱਚੋਂ ਬਾਹਰ ਵੀ ਨਹੀਂ ਨਿਕਲਿਆ ਬਹੁਤ ਸਾਰੇ ਦੋਸਤਾਂ ਨੇ ਮੇਰੀ ਬਹੁਤ ਮਿਹਨਤ ਕੀਤੀ ਪੜਾਈ ਦੇ ਨਾਲ ਤੇ ਹੋਰ ਵੀ ਬਹੁਤ ਸਾਰੀ ਅਸਿਸਟੈਂਸ ਕੀਤੀ ਆਪਣੇ ਕਮਰੇ ਚੋਂ ਬਾਹਰ ਨਿਕਲ ਕੇ ਕਦੇ ਮੈਂ 1.5 200 ਮੀਟਰ ਜਾ ਕੇ ਇਹ ਨਹੀਂ ਦੇਖਿਆ ਸੀ ਕਿ ਮਾਰਕੀਟ ਦੇ ਵਿੱਚ ਕੀ ਚੱਲ ਰਿਹਾ ਰੱਬ ਨੇ ਕਿਰਪ ਤੇ ਉਸ ਸਾਲ ਮੀਨਸ ਵੀ ਕਲੀਅਰ ਹੋਇਆ ਸਿਰਫ 2.5 ਮਹੀਨੇ ਪੜ੍ਹ ਕੇ ਆਦਾ ਮੀਨਸ ਕਲੀਅਰ ਕਰ ਲਿਆ ਸੀ ਜਿਸ ਦਿਨ ਮੀਨਸ ਦਾ ਰਿਜ਼ਲਟ ਆਇਆ ਅਸੀਂ ਇੱਕ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਗਏ ਹੋਏ ਸੀ ਉੱਥੇ ਨੇ ਬੈਠੇ ਹੀ ਸੀ ਫਿਰ ਦਾ ਫੋਨ ਆ ਗਿਆ ਕਿ ਮੀਨਸ ਦਾ ਰਿਜ਼ਲਟ ਆ ਚੁੱਕਿਆ ਨਾਲ ਵਾਲੇ ਦੋਸਤ ਕਹਿੰਦੇ ਚਲੋ ਆਪਾਂ ਚੱਲਦੇ ਆ ਮੈਂ ਕਿਹਾ ਬੈਠੋ ਯਾਰ ਮੈਂ ਤਾਂ ਕੀਤੀ ਐ ਫਲ ਪਾਉਣਾ ਫਲ ਨਾ ਪਾਣਾ ਰੱਬ ਨੂੰ ਪਤਾ ਆਪਾਂ ਖਾਣਾ ਦਾ ਖਾ ਕੇ ਜਾਵਾਂਗੇ ਨਾ ਅਸੀਂ ਖਾਣਾ ਆਰਡਰ ਕੀਤਾ ਹੁਣ ਅੰਦਰ ਦਿਲ ਦਾ ਇੱਕ ਬਲਬੁਲਾ ਵੀ ਸੀ ਕਿ ਜੇ ਰਿਜ਼ਲਟ ਦੇਖੀ ਤਾਂ ਸੀ ਖਾਣਾ ਆਰਡਰ ਕਰਨ ਤੋਂ ਬਾਅਦ ਮੈਂ ਹੌਲੀ ਜਿਹਾ ਰਿਜ਼ਲਟ ਚੈੱਕ ਕੀਤਾ ਤੇ ਕਿ ਰਿਜ਼ਲਟ ਪਾਸ ਹੋ ਗਏ ਸੀ ਇੰਟਰਵਿਊ ਕਾਲ ਆ ਚੁੱਕੀ ਸੀ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਆਪਦਾ ਡਿਨਰ ਇੰਜੋਏ ਕਰਕੇ ਫਰੈਂਡਸ ਦੇ ਨਾਲ ਵਾਪਸ ਆ ਗਏ ਸੀ ਪਰ ਫਾਈਨਲ ਲਿਸਟ ਦੇ ਵਿੱਚ ਮੇਰਾ ਨਾਮ ਨਹੀਂ ਬਣਿਆ ਇੱਕ ਮੈਨੂੰ ਕਦੇ-ਕਦੇ ਇਹ ਵੀ ਲੱਗਦਾ ਕਿ ਹੋ ਸਕਦਾ ਕਿ ਪਹਿਲਾਂ ਮੇਰੇ ਕੇਸ ਕੱਟੇ ਹੋਏ ਸੀ ਬਾਅਦ ਦੇ ਵਿੱਚ ਕੇਸ ਰੱਖ ਲਏ ਸੀ ਪਹਿਲਾਂ ਕਲੀਨ ਸ਼ੇਵ ਸੀ ਫਿਰ ਪੱਗ ਬਣਨ ਲੱਗਿਆ ਸੀ ਅਪ੍ਰੋਕਸੀਮੇਟਲੀ 4-5 ਮਿੰਟ ਸਿਰਫ ਇਸ ਮੁੱਦੇ ਤੇ ਗੱਲ ਚੱਲਦੀ ਰਹੀ ਕਿ ਤੁਸੀਂ ਪੱਗ ਕਿਉਂ ਬੰਨਨੀ ਹੈ ਕਿਸੇ ਦੇ ਪ੍ਰੈਸ਼ਰ ਤੇ ਆ ਕੇ ਬੰਨਨੀ ਹੈ ਜਾਂ ਆਪਦੀ ਮਰਜ਼ੀ ਨਾਲ ਬੰਨਨੀ ਹੈ ਇਹ ਮੈਂ ਐਕਸਪੈਕਟ ਕਰਦਾ ਸੀ ਕਿ 5-4 ਮਿੰਟ ਇਹ ਗੱਲ ਨਹੀਂ ਹੋਣੀ ਚਾਹੀਦੀ ਸੀ ਹਾਂ 1 ਮਿੰਟ ਜਾਂ ਇੱਕ ਦੋ ਕੁਐਸਚਨ ਆ ਸਕਦੇ ਸੀ ਪਰ 5-4 ਮਿੰਟ ਇਹ ਗੱਲ ਨਹੀਂ ਚਲਣੀ ਚਾਹੀਦੀ ਸੀ ਓਵਰਆਲ ਜੋ ਵੀ ਹੋਇਆ ਫਾਈਨਲ ਸਿਲੈਕਸ਼ਨ ਨਹੀਂ ਹੋਈ ਰਿਜ਼ਲਟ ਨਹੀਂ ਆਇਆ ਮੈਨੂੰ ਐਕਸਪੈਕਟਿਡ ਸੀ ਤੇ ਘਰਦਿਆਂ ਨੂੰ ਵੀ ਕਹਿ ਦਿੱਤਾ ਸੀ ਕਿ ਇਸ ਸਾਲ ਜਿਸ ਤਰੀਕੇ ਨਾਲ ਵਧੀਆ ਇੰਟਰਵਿਊ ਹੋਈ ਹੈ ਆਈਐਸ ਨਹੀਂ ਤਾਂ ਆਈਪੀਐਸ ਤਾਂ ਪੱਕਾ ਹੀ ਬਣ ਚੁੱਕਾਂਗੇ ਜਦੋਂ ਸ਼ਾਮ ਨੂੰ ਰਿਜ਼ਲਟ ਆਇਆ ਲਿਸਟ ਦੇ ਵਿੱਚ ਨਾਂ ਨਹੀਂ ਸੀ ਮਦਰ ਨੂੰ ਤੁਹਾਨੂੰ ਪਤਾ ਹੀ ਹੈ ਕਿ ਦੁੱਖ ਹੁੰਦਾ ਕਿ ਮੇਰੇ ਬੱਚੇ ਨੇ ਨਹੀਂ ਮਿਹਨਤ ਕੀਤੀ ਕਿ ਉਸ ਦਾ ਰਿਜ਼ਲਟ ਨਹੀਂ ਆਇਆ ਪਰ ਮੇਰਾ ਮੇਰੇ ਫਾਦਰ ਸਾਹਿਬ ਦਾ ਤੇ ਬ੍ਰਦਰ ਸਾਹਿਬ ਦਾ ਮੈਂ ਬ੍ਰਦਰ ਨੂੰ ਵੀ ਆਪਦੇ ਫਾਦਰ ਫਿਗਰ ਦੀ ਤਰ੍ਹਾਂ ਹੀ ਦੇਖਦਾ ਜਿੰਨੀ ਉਸ ਸਟਰਗਲ ਦੇ ਵਿੱਚ ਉਹਨਾਂ ਨੇ ਮੇਰਾ ਸਾਥ ਦਿੱਤਾ ਹੈ ਰਿਜ਼ਲਟ ਆਉਣਾ ਜਾਂ ਰਿਜ਼ਲਟ ਨਾ ਆਉਣਾ ਇਹ ਮੇਰੇ ਵੱਸ ਵਿੱਚ ਨਹੀਂ ਸੀ ਹੁਣ 1-2 ਦਿਨ ਤੋਂ ਬਾਅਦ ਇੱਕ ਹੋਰ ਕੈਰੀਅਰ ਆਪਸ਼ਨ ਬਾਰੇ ਸੋਚਣ ਲੱਗੇ ਕਿ ਕੀ ਕੀਤਾ ਜਾ ਸਕਦਾ ਹੈ ਮੇਰੇ ਕੋਲ ਇੱਕ ਦੋ ਆਪਸ਼ਨ ਸੀ ਪਹਿਲਾ ਆਪਸ਼ਨ ਸੀ ਅਸੀਂ ਆਪਦੀ ਦੁਕਾਨ ਤੇ ਬੈਠ ਸਕਦੇ ਸੀ ਦੂਸਰਾ ਆਪਸ਼ਨ ਕਰਦੇ ਨੇ ਦਿੱਤਾ ਵੀ ਤੂੰ ਹੋਰ ਕੁਝ ਬਿਜ਼ਨਸ ਕਰਨਾ ਚਾਹਵੇਂ ਤਾਂ ਉਹ ਵੀ ਕਰ ਸਕਦਾ ਹੈ ਇੱਕ ਦੋ ਦਿਨ ਸੋਚਿਆ ਤੇ ਮੈਨੂੰ ਪੂਨੇ ਦੇ ਵਿੱਚ ਹੀ ਇੱਕ ਬਾਬਾ ਮਿਲਿਆ ਸੀ ਜੋ ਐਮਆਈਟੀ ਸਕੂਲ ਆਫ ਗਵਰਨੈਂਸ ਦੇ ਰਿਲੀਜੀਅਸ ਹੈਡ ਵੀ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਤੂੰ ਆਪਦੇ ਆਪ ਨੂੰ ਸਰਕਾਰੀ ਨੌਕਰੀ ਤੱਕ ਸੀਮਤ ਰੱਖ ਨਹੀਂ ਸਕਦਾ ਕਦੇ ਤੂੰ ਸਮਾਜ ਲਈ ਹੀ ਬਣਿਆ ਹੋਇਆ ਹੈ ਤੇ ਹੁਣ ਉਹੀ ਗੱਲ ਦੁਬਾਰਾ ਮੇਰੇ ਜ਼ਿਹਨ ਦੇ ਵਿੱਚ ਦਬਾਰ ਤੋਂ बार-बार ਯਾਦ ਆਉਣ ਲੱਗ ਪਈ ਸੀ ਜਿਸ ਇਸ ਜਿਸ ਗੱਲ ਨੂੰ ਟੋਟਲੀ ਅਨਗੋਲਿਆ ਕਰ ਦਿੱਤਾ ਸੀ ਉਹਨੂੰ ਹੀ ਗੱਲ ਇੱਕ ਸਮਾਜ ਦੇ ਲਈ ਆਪਣੀ ਲਾਈਫ ਨੂੰ ਕਿਵੇਂ ਡੈਡੀਕੇਟ ਕੀਤਾ ਜਾ ਸਕਦਾ ਇੱਕ ਚੀਜ਼ ਹੀ ਆਉਂਦੀ ਸੀ ਇੱਕ ਚੀਜ਼ ਹੀ شدت ਨਾਲ ਕੀਤੀ ਹੋਈ ਸੀ ਭਾਈ ਯੂਪੀਐਸਸੀ ਦੀ ਤਿਆਰੀ ਤੇ ਪ੍ਰੀਲਿਮਸ ਦੇ ਵਿੱਚ ਕਦੇ ਮੈਨੂੰ ਅੱਜ ਤੱਕ ਪ੍ਰੋਬਲਮ ਆਈ ਹੀ ਨਹੀਂ ਸੀ ਇਸ ਲਈ ਸੋਚਿਆ ਗਿਆ ਕਿ ਇੱਕ ਇੰਸਟੀਚਿਊਟ ਖੋਲਿਆ ਜਾਵੇ ਜਦੋਂ ਇੰਸਟੀਚਿਊਟ ਖੋਲਣ ਦੀ ਵਾਰੀ ਆਈ ਤਾਂ ਇੰਸਟੀਚਿਊਟ ਦਾ ਨਾਮ ਕੀ ਹੋਣਾ ਚਾਹੀਦਾ ਮੈਂ ਮਲੂਕੇ ਲਿਮਟਿਡ ਟਾਈਮਲੀ ਰਿਹਾ ਪਰ ਮੇਰੇ ਜਿੰਨਾ ਟਾਈਮ ਵੀ ਰਿਹਾ ਹੈ ਮੇਰਾ ਪਿੰਡ ਮੇਰੇ ਦਿਲ ਦੀ ਗਹਿਰਾਈਆਂ ਤੱਕ ਹੈ ਜਦੋਂ ਇੰਸਟੀਚਿਊਟ ਖੋਲਣ ਬਾਰੇ ਸੋਚਿਆ ਤੇ ਮੇਰੇ ਪਿਤਾ ਜੀ ਨੇ ਮੈਨੂੰ ਕੁਝ ਗਾਈਡਲਾਈਨ ਦਿੱਤੀ ਕਹਿੰਦੇ ਜੋ ਪ੍ਰੋਬਲਮ ਤੂੰ ਫੇਸ ਕੀਤੀ ਹੈ ਜੋ ਸਟੂਡੈਂਟ ਤੇਰੇ ਕੋਲੇ ਆਉਣਗੇ ਪੜ੍ਹਨ ਲਈ ਜੋ ਸਟੂਡੈਂਟ ਤੇਰੇ ਕੋਲੇ ਗਾਈਡੈਂਸ ਦੇ ਲਈ ਆਉਣਗੇ ਯਾਦ ਰੱਖੀ ਇਹ ਪ੍ਰੋਬਲਮ ਕਦੇ ਉਹਨਾਂ ਨੂੰ ਨਾ ਸਕੇ ਤੇ ਆਪਦੀ ਸਮਾਜਿਕ ਜ਼ਿੰਮੇਵਾਰੀ ਹਮੇਸ਼ਾ ਯਾਦ ਰੱਖੀ ਤੇ ਇਸ ਕਰਕੇ ਮਲੂਕਾ ਆਈਐਸ ਨੇ ਬਹੁਤ ਹੀ ਪਿਓਰ ਕਨਸੈਪਟ ਲੈ ਕੇ ਆਇਆ ਗਰੰਟਡ ਫਿਲਮਸ ਦਾ ਜਦੋਂ ਇੰਸਟੀਚਿਊਟ ਸ਼ੁਰੂ ਕੀਤਾ ਤਾਂ ਮਹੀਨੇ ਦੇ ਵਿੱਚ 4 ਦਿਨਾਂ ਲਈ ਇੰਸਟੀਚਿਊਟ ਕਿਸੇ ਤੋਂ ਕਿਰਾਏ ਤੇ ਲਿਆ ਹਫਤੇ ਵਿੱਚ 1 ਦਿਨ ਪੰਡ ਤੋਂ 6 ਘੰਟੇ ਲਈ ਕਲਾਸ ਹੁੰਦੀ ਸੀਗੀ 1500 ਰੁਪਏ ਪਰ ਮੰਤ ਬੱਚੇ ਤੋਂ ਚਾਰਜ ਕੀਤਾ ਜਾਂਦਾ ਸੀ ਇੱਕ ਦੋ ਮਹੀਨਿਆਂ ਬਾਅਦ ਵੀ ਕਾਮਯਾਬੀ ਮਿਲੀ ਤੇ ਬਹੁਤ ਸਾਰੇ ਸਟੂਡੈਂਟਸ ਨੇ ਹੋਰ ਐਨਰੋਲ ਕਰਨਾ ਸ਼ੁਰੂ ਕਰ ਦਿੱਤਾ ਪਹਿਲਾਂ ਕਿਸੇ ਦੇ ਨਾਲ ਸਾਂਝਾ ਇੰਸਟੀਚਿਊਟ ਲਿਆ ਤੇ ਉਸ ਤੋਂ ਬਾਅਦ 3-4 ਮਹੀਨਿਆਂ ਦੇ ਬਾਅਦ ਹੀ ਆਪ ਦਾ ਇੰਸਟੀਚਿਊਟ ਹੀ ਖੋਲ੍ਹ ਦਿੱਤਾ ਬਹੁਤ ਵਧੀਆ ਤਰੀਕੇ ਨਾਲ ਪੜਾਉਣ ਕਰਕੇ ਬੱਚਿਆਂ ਨੇ ਕਿਹਾ ਕਿ ਸਰ ਤੁਸੀਂ ਜੀਐਸ ਨੂੰ ਵੀ ਪੜਾਉਣਾ ਲੱਗੋ GSD ਉੱਤੇ ਬਹੁਤ ਵਧੀਆ ਹੋਲਡ ਹੋਣ ਕਰਕੇ ਕਿਉਂਕਿ ਮੇਰਾ ਆਪਦਾ GS ਦਾ ਪ੍ਰੀਲਿਮਸ ਦਾ ਪੇਪਰ ਨਹੀਂ ਰੁਕਿਆ ਸੀ ਕਦੇ ਅਸੀਂ ਕੋਰਸ ਸ਼ੁਰੂ ਕੀਤਾ ਗਰੰਟੀਡ ਪ੍ਰੀਲਿਮਸ ਜਿਸ ਦਾ ਮਤਲਬ ਕੀ ਰੱਖਿਆ ਗਿਆ ਸਾਡੇ ਮੁਤਾਬਿਕ ਪੜੋ ਜੇ ਤੁਹਾਡਾ ਪ੍ਰੀਲਿਮਸ ਦਾ ਪੇਪਰ ਕਲੀਅਰ ਨਾ ਹੋਇਆ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਹਾਡੇ ਪੂਰੇ ਪੈਸੇ ਵਾਪਸ ਕਰੀ ਜਾਣ ਕਿਉਂਕਿ ਸਾਡੇ ਜ਼ਿਹਨ ਦੇ ਵਿੱਚ ਇੱਕ ਗੱਲ ਸੀ ਜੇ ਸਕੂਲ ਦੇ ਵਿੱਚ ਟੀਚਰ ਦਾ ਪੂਰਾ ਪੜਾਇਆ ਹੋਇਆ ਪੜ੍ਹ ਕੇ ਜਾਵਾਂਗੇ ਤਾਂ ਪੇਪਰ ਦੇ ਵਿੱਚ ਵਧੀਆ ਨੰਬਰ ਆਉਣਗੇ ਜੇ ਕਾਲਜ ਦੇ ਵਿੱਚ ਟੀਚਰ ਦਾ ਪੜਾਇਆ ਹੋਇਆ ਪੜ੍ਹ ਕੇ ਜਾਵਾਂਗੇ ਤਾਂ ਵਧੀਆ ਨੰਬਰ ਆਉਣਗੇ ਤਾਂ ਯੂਪੀਐਸਸੀ ਨੇ ਵੀ ਤਾਂ ਇੱਕ ਸਿਲੇਬਸ ਡਿਫਾਈਨ ਕੀਤਾ ਨਾ ਇਹ ਸਿਲੇਬਸ ਨੂੰ ਆਪਾਂ ਕੰਪ੍ਰੈਹਨਸਿਵ ਤਰੀਕੇ ਨਾਲ ਬੱਚਿਆਂ ਨੂੰ ਕਰਵਾ ਦਿੱਤਾ ਜਾਵੇ ਤਾਂ ਕੋਈ ਰੀਜ਼ਨ ਹੀ ਨਹੀਂ ਬਣਦਾ ਕਿ ਬੱਚਾ ਪ੍ਰੀਲਿਮਸ ਨਾ ਕਲੀਅਰ ਹੋਏ ਇੱਕ ਬਹੁਤ ਹੀ ਇਮਾਨਦਾਰੀ ਨਾਲ ਗਰੰਟੀਡ ਪ੍ਰੀਲਿਮ ਦਾ ਕਨਸੈਪਟ ਸ਼ੁਰੂ ਕੀਤਾ ਗਿਆ ਤੇ ਪਹਿਲੇ ਬਾਦ ਸਾਡੇ ਪਹਿਲੇ ਸਾਲ ਹੀ 26ਾਂ ਦੇ ਵਿੱਚੋਂ 22 ਬੱਚੇ ਨੇ ਪ੍ਰੀਲਿਮਸ ਵੀ ਕਲੀਅਰ ਕੀਤਾ ਜਦੋਂ ਇਹ ਨਿਊਜ਼ ਆਈ ਕਿ ਗਰੰਟੀਡ ਪ੍ਰੀਲਮਸ ਦਾ ਕੋਰਸ ਹੈ ਤੇ ਇੰਨੇ ਜਿਆਦਾ ਸਟਰੈਂਥ 26 ਦੇ ਵਿੱਚੋਂ 22 ਬੱਚੇ ਕਲੀਅਰ ਕਰ ਚੁੱਕੇ ਆ ਬਹੁਤ ਲੋਕਾਂ ਨੂੰ ਪ੍ਰੋਬਲਮ ਵੀ ਹੋਣ ਲੱਗੀ। ਮਲੂਕਾ ਆਈਐਸ ਬਾਰੇ 네ਗੇਟਿਵ ਕਮੈਂਟਸ ਕਰਉਣ ਲੱਗੇ। ਸਾਡਾ ਮਜ਼ਾਕ ਵੀ ਉਡਾਇਆ ਗਿਆ ਕਿ ਜੋ ਅੱਜ ਤੱਕ ਕਦੇ ਪ੍ਰੀਲਮਸ ਦੀ ਗਰੰਟੀ ਕਿਸੇ ਨਹੀਂ ਲਈ ਇਹ ਕੌਣ ਆ ਗਿਆ ਨਮਾ ਜਿਹੜਾ ਪ੍ਰੀਲਮਸ ਦੀ ਗਰੰਟੀ ਲੈ ਰਿਹਾ ਹੈ। ਅਸੀਂ 50 ਸਾਲ ਤੋਂ ਪੜਾ ਰਹੇ ਆ ਇਹ ਅੱਜ ਆ ਕੇ ਕਿਵੇਂ ਕਹਿ ਸਕਦਾ ਹੈ ਕਿ ਪ੍ਰੀਲਮਸ ਦੀ ਗਰੰਟੀ ਹੋ ਸਕਦੀ ਹੈ। ਇੱਕ 네ਗੇਟਿਵ ਕਮੈਂਟ ਦਾ ਇੱਕ ਦੌਰ ਸ਼ੁਰੂ ਹੋ ਗਿਆ। ਬਹੁਤ ਮਜ਼ਾਕ ਉਡਾਇਆ ਗਿਆ। ਮੇਰੇ ਇੱਕ ਦੋਸਤ ਆਇਆ ਬਾਈ ਚਾਂਸ ਆਈਟੀ ਸੈਕਟਰ ਦਾ ਸੀ ਮੈਂ ਉਸ ਨੂੰ ਕਿਹਾ ਯਾਰ ਇਹ ਪ੍ਰੋਬਲਮ ਆ ਰਹੀ ਐ ਅਸੀਂ ਇਮਾਨਦਾਰੀ ਨਾਲ ਮਿਹਨਤ ਕਰ ਰਹੇ ਆਂ ਬੱਚਿਆਂ ਦਾ ਰਿਜ਼ਲਟ ਵੀ ਆ ਰਿਹਾ ਐ ਪਰ 네ਗੇਟਿਵ ਕਮੈਂਟਸ ਸਾਨੂੰ ਨਹੀਂ ਹਟ ਰਹੇ ਸੋਸ਼ਲ ਮੀਡੀਆ ਦੇ ਉੱਤੇ ਉਸਨੇ ਆਪਦੇ ਟੈਕਨੀਕਲ ਨੋਲਿਜ ਦੇ ਮੁਤਾਬਿਕ ਚੈੱਕ ਕੀਤਾ ਕਿ ਜੋ 네ਗੇਟਿਵ ਕਮੈਂਟਸ ਆ ਰਹੇ ਸੀ ਉਹ ਫੇਕ ਆਈਡੀਜ਼ ਸੀ ਕੁਝ ਕਮੈਂਟਸ ਲਈ ਹੀ ਬਣੀਆਂ ਹੋਈਆਂ ਸੀ ਜਿਵੇਂ ਤੇ ਉਸ ਤੋਂ ਬਾਅਦ ਉਸ ਤੇ ਹੋਰ ਕੋਈ ਐਕਟੀਵਿਟੀ ਵੀ ਨਹੀਂ ਹੋਈ ਸੀ ਤਾਂ ਉਹਨੇ ਮੈਨੂੰ ਹੱਸ ਕੇ ਕਿਹਾ ਇਹਦਾ ਵੈਲਕਮ ਟੂ ਦ ਵਰਲਡ ਆਫ ਕੋਚਿੰਗ ਮਾਫੀਆ ਜਿੰਨਾ ਆਸਾਨ ਤੂੰ ਸਮਝ ਰਿਹਾ ਹੈ ਉਨਾ ਆਸਾਨ ਇਹ ਫੀਲਡ ਨਹੀਂ ਹੈ ਇਸ ਲਈ ਸ਼ਿੱਦਤ ਹੋਰ ਵੀ ਜ਼ਿਆਦਾ ਕਰਨੀ ਪਊ ਤੇ ਮਿਹਨਤ ਹੋਰ ਵੀ ਜ਼ਿਆਦਾ ਕਰਨੀ ਪਊ ਇੱਕ ਗੱਲ ਯਾਦ ਆਈ ਤੁਹਾਨੂੰ ਦੱਸਦਾ ਜਦੋਂ ਇੰਸਟੀਚਿਊਟ ਖੋਲਿਆ ਸੀ ਤਾਂ ਬਹੁਤ ਹੀ ਸਟਰਗਲ ਵਾਲਾ ਫੇਸ ਸੀ ਰਾਤ ਨੂੰ 12 1 2 2 ਵਜੇ ਤੱਕ ਲੇਬਰ ਦੇ ਨਾਲ ਜਾ ਕੇ ਪੈਂਫਲੈਟਸ ਚਿਪਕਾ ਕੇ ਆਉਂਦੇ 5 6 ਵਜੇ ਉੱਠ ਕੇ ਨਿਊਜ਼ਪੇਪਰ ਦੇ ਵਿੱਚ ਪੈਂਫਲੈਟਸ ਪਵਾ ਕੇ ਆਉਂਦੇ ਤੇ ਉਸ ਤੋਂ ਬਾਅਦ 9 10 ਵਜੇ ਆ ਕੇ ਕਲਾਸ ਵੀ ਲੈਂਦੇ ਇੰਸਟੀਚਿਊਟ ਚਲਾਉਣਾ ਕੋਈ ਸੌਖੀ ਗੱਲ ਨਹੀਂ ਸੀ ਮੈਨੂੰ ਕਿਸੇ ਨੇ ਥਾਲੀ ਚ ਪਰੋਸ ਕੇ ਨਹੀਂ ਦਿੱਤਾ ਸੀ ਇਹ ਮਿਹਨਤ ਦੇ ਨਾਲ ਖੜਾ ਕੀਤਾ ਹੋਇਆ ਪਰ ਦਿਲ ਦੇ ਵਿੱਚ ਇੱਕ ਬਹੁਤ ਹੀ ਅੰਦਰ ਦਰਦ ਸੀ ਕਿ ਕੀ ਕਾਰਨ ਹੈ ਕਿ ਪੰਜਾਬ ਦੇ ਲੋਕ ਬਾਹਰ ਜਾ ਰਹੇ ਨੇ ਤੇ ਪੰਜਾਬ ਦੇ ਵਿੱਚ ਰਹਿਣਾ ਵੀ ਪਸੰਦ ਨਹੀਂ ਕਰਦੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤਾਂ ਅਲੱਗ-ਅਲੱਗ ਦੇਸ਼ਾਂ ਤੋਂ ਚੱਲ ਕੇ ਗੋਰੇ ਵੀ ਪੰਜਾਬ ਦੇ ਵਿੱਚ ਨੌਕਰੀਆਂ ਕਰਨ ਆਉਂਦੇ ਸੀ ਤੇ ਹੁਣ ਆਪਾਂ ਕਹਿ ਰਹੇ ਆ ਪੰਜਾਬ ਦੇ ਵਿੱਚ ਰੱਖਿਆ ਹੀ ਕੀ ਹੈ ਅਸੀਂ ਡਿਸੀਜਨ ਲਿਆ ਕਿ ਪੰਜਾਬ ਦੇ ਵਿੱਚ ਇੱਕ ਇੰਸਟੀਚਿਊਟ ਖੁੱਲ੍ਹ ਜਾਵੇ ਤੇ ਪੰਜਾਬ ਦੇ ਵਿੱਚ ਵੀ ਉਸ ਜਗ੍ਹਾ ਤੇ ਜਿੱਥੇ ਮੈਕਸਿਮਮ ਸਟੂਡੈਂਟ ਆਲਸ ਦੀ ਤਿਆਰੀ ਕਰਕੇ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਅਸੀਂ ਆਪਦੇ ਘਰ ਦੇ ਵਿੱਚ ਬਠਿੰਡਾ ਵਿੱਚ ਇੱਕ ਆਈਐਸ ਇੰਸਟੀਚਿਊਟ ਖੋਲਿਆ ਤੇ ਇੱਕ ਵਧੀਆ ਤੇ ਪਰਮਾ ਹੰਗਾਰਾ ਵੀ ਮਿਲਿਆ ਬਠਿੰਡਾ ਦੇ ਵਿੱਚ ਇੱਕ ਆਲਸ ਦੇ ਹੱਬ ਦੇ ਵਿੱਚ ਇੱਕ ਪ੍ਰੋਪਰ ਆਈਐਸ ਦਾ ਡੈਡੀਕੇਟਿਡ ਇੰਸਟੀਚਿਊਟ ਕੋਲਣਾ ਇੰਨੀ ਸੀ ਜਿਵੇਂ ਪ੍ਰਿੰਟਾਂ ਦੇ ਕੱਖਰ ਨੂੰ ਹੱਥ ਪਾਉਣਾ ਹੋਵੇ ਤਿੰਨ ਮਹੀਨੇ ਉਹ ਹੋਰਡਿੰਗ ਲੱਗੀ ਰਹੀ ਅਸੀਂ ਰੈਂਟ ਪੇ ਕੀਤਾ ਪਰ ਸਾਨੂੰ ਇੱਕ ਵੀ ਕਾਲ ਨਹੀਂ ਆਈ ਫਿਰ ਵੀ ਅਸੀਂ ਬੁਰਾ ਨਹੀਂ ਮਨਾਇਆ ਤੇ ਇਹ ਸੋਚਿਆ ਕਿ ਸਾਨੂੰ ਆਪਣੀ ਅਪਰੋਚ ਚੇਂਜ ਕਰਨ ਦੀ ਲੋੜ ਹੈ ਲੋਕਾਂ ਤੱਕ ਜੇ ਆਪਦੀ ਗੱਲ ਲੈ ਕੇ ਜਾਣੀ ਹੈ ਤਾਂ ਲੋਕ ਜਿਸ ਭਾਸ਼ਾ ਦੇ ਵਿੱਚ ਸਮਝਦੇ ਹੈ ਉਸ ਭਾਸ਼ਾ ਦੇ ਵਿੱਚ ਗੱਲ ਰੱਖੀ ਜਾਵੇ ਅਸੀਂ ਸੋਸ਼ਲ ਮੀਡੀਆ ਨਾਲ ਕੰਟੈਕਟ ਕੀਤਾ ਕੁਝ ਪੰਜਾਬ ਦੇ ਬਹੁਤ ਦਰਦ ਰੱਖਣ ਵਾਲੇ ਸੋਸ਼ਲ ਮੀਡੀਆ ਨਾਲ ਅਸੀਂ ਉਹਨਾਂ ਨਾਲ ਗੱਲ ਕੀਤੀ ਤੇ ਸਲੋਗਨ ਬਾਰੇ ਦੱਸਿਆ ਕਿ ਪੰਜਾਬੀਓ ਪੰਜਾਬ ਨਾ ਛੱਡੋ ਐਲ ਛੱਡੋ ਅਸੀਂ ਉਹਨਾਂ ਨੂੰ ਦੱਸਿਆ ਕਿ ਇਹ ਸਲੋਗਨ ਤੇ ਕੰਮ ਕਰਨਾ ਚਾਹੁੰਦੇ ਤੁਸੀਂ ਸਾਡਾ ਸਾਥ ਦਿਓ ਕੁਝ ਸੋਸ਼ਲ ਮੀਡੀਆ ਦੇ ਚੈਨਲ ਤਾਂ ਇਹੋ ਜਿਹੇ ਸੀ ਜਿਨ੍ਹਾਂ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਤੁਹਾਡੀ ਗੱਲ ਦੇ ਵਿੱਚ ਮਸਾਲਾ ਨਹੀਂ ਹੈ ਪਰ ਕੁਝ ਟੀਵੀ ਚੈਨਲ ਇਹੋ ਜਿਹੇ ਵੀ ਸੀਰੀਅਲ ਸਾਨੂੰ ਬਹੁਤ ਸਾਦ ਦਿੱਤਾ ਮੇਰੇ ਪੜਾਈ ਕਰਨ ਦਾ ਤਾਂ ਫਾਇਦਾ ਹੋਊਗਾ ਜੇ ਪੰਜਾਬ ਦੇ ਲੋਕ ਤੇ ਪੂਰੇ ਸਮਾਜ ਨੂੰ ਉਹਦਾ ਕੋਈ ਫਾਇਦਾ ਮਿਲ ਸਕੇ ਜੇ 1970 1980 1990 ਦੇ ਦਹਾਕਿਆਂ ਦੇ ਵਿੱਚ ਪੰਜਾਬੀ ਪੰਜਾਬ ਦੇ ਹੀਚ ਨਹੀਂ ਪੂਰੇ ਦੇਸ਼ ਦੇ ਵਿੱਚ ਆਈਐਸ ਤੇ ਆਈਪੀਐਸ ਦੀ ਕੁਰਸੀਆਂ ਤੇ ਬੈਠ ਸਕਦੇ ਸੀ ਤਾਂ ਅੱਜ ਕਿਉਂ ਨਹੀਂ ਇੱਕ ਮਾਹੌਲ ਸਿਰਜਿਆ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਕੁਝ ਨਹੀਂ ਰੱਖਿਆ ਇੱਕ ਮਾਹੌਲ ਸਿਰਜਿਆ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਸਿਰਫ ਨਸ਼ੇ ਹੀ ਆ ਇੱਕ ਮਾਹੌਲ ਸਿਰਜਿਆ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਕੁਝ ਨੌਕਰੀਆਂ ਹੀ ਨਹੀਂ ਹੋ ਸਕਦੀਆਂ ਉਸ ਮਾਹੌਲ ਨੂੰ ਚੇਨ ਕਰਨਾ ਇੱਕ ਬਹੁਤ ਹੀ ਵੱਡੀ ਚੁਣੌਤੀ ਸੀ ਸਾਡੇ ਲਈ ਪਰ ਬਹੁਤ ਸਾਰੇ ਪੰਜਾਬੀਆਂ ਨੂੰ ਹਜੇ ਵੀ ਨਹੀਂ ਪਤਾ ਸੀ ਕਿ ਆਈਐਸ ਆਈਪੀਐਸ ਕੀ ਹੁੰਦਾ ਇਸ ਲਈ ਅਸੀਂ ਆ ਇੱਕ ਸਲੋਗਨ ਦਿੱਤਾ ਪੰਜਾਬੀਓ ਪੰਜਾਬ ਨਾ ਛੱਡੋ ਐਲ ਛੱਡੋ ਦਸਵੀਂ ਤੇ 12ਵੀਂ ਤੋਂ ਬਾਅਦ ਆਈਐਸ आईपीएस ਤੇ ਪੀਸੇ ਦੀ ਤਿਆਰੀ ਕਰੋ ਡੀਸੀਐਸਐਸਪੀ ਬਣੋ ਤੁਸੀਂ ਆਪਣੀਆਂ ਮਿਹਨਤਾਂ ਦੇ ਨਾਲ ਵਿਦੇਸ਼ਾਂ ਦੀ ਨੁਹਾਰ ਬਦਲ ਰਹੇ ਹੋ ਪੰਜਾਬ ਦੀ ਬਦਲੋ ਬਹੁਤ ਸਾਰੇ ਮੇਰੇ ਦੋਸਤ ਨੇ ਜਿਹੜੇ ਫੋਰਨ ਦੇ ਵਿੱਚ ਸੈੱਟ ਨੇ ਤੇ ਕਈ ਵਾਰ ਫੋਨ ਕਰਕੇ ਚੀਕਾਂ ਵੀ ਮਾਰਦੇ ਹਨ ਤੇ ਰੋਂਦੇ ਵੀ ਹਨ ਕਹਿੰਦੇ ਬਸ ਅਸੀਂ ਘਰੇ ਵਾਪਸ ਆ ਨਹੀਂ ਸਕਦੇਗੇ ਪਰ ਉੱਥੇ ਰਹਿਣ ਨੂੰ ਦਿਲ ਵੀ ਨਹੀਂ ਕਰਦਾਗਾ ਕਮਾ ਆ ਪੈਸੇ ਰਹੀਆਂ ਪਰ ਫੈਮਿਲੀ ਤੋਂ ਦੂਰ ਹਾਂ ਕਰਦਿਆਂ ਦਾ ਰਿਸ਼ਤੇਦਾਰਾਂ ਦੇ ਪ੍ਰੈਸ਼ਰ ਕਰਕੇ ਅਸੀਂ ਵਾਪਸ ਪੰਜਾਬ ਨਹੀਂ ਆ ਸਕਦੇ ਤੇ ਇਹ ਆਲਮੋਸਟ ਹਰ ਬੱਚੇ ਦਾ ਹੀ ਹੈ ਰੀਸੈਂਟਲੀ ਤੁਸੀਂ ਦੇਖਿਆ ਵੀ ਹੋਗਾ ਬ੍ਰੈਮਟਨ ਦੇ ਵਿੱਚ ਪੰਜ ਨੌਕਰੀਆਂ ਲੈਣ ਦੇ ਲਈ 5.5 ਕਿਲੋਮੀਟਰ ਦੀ ਲਾਈਨ ਲੱਗੀ ਹੋਈ ਸੀ ਜੇ ਪੰਜਾਬ ਦੇ ਵਿੱਚ ਅਨਇਮਪਲॉयਮੈਂਟ ਹੈ ਬਾਹਰ ਜਾ ਕੇ ਕਿਹੜਾ ਸਾਨੂੰ ਡੀਸੀ ਲਈ ਜਾਂਦੇ ਆ ਉਹ ਜੇ ਇਹੀ ਕੰਮ ਕਰਨਾ ਹੈ BB 25-25 ਲੱਖ ਰੁਪਏ ਲਾ ਕੇ ਸੋਚੋ ਆਪਣੇ ਬੱਚੇ ਕਰਦੇ ਕੀ ਹੈ ਉਥੇ ਪizzeria ਡਿਲੀਵਰੀ ਕਰਦੇ ਹੈ ਉਥੇ 버거 ਡਿਲੀਵਰੀ ਕਰਦੇ ਹੈ ਯਾਰ ਤੁਸੀਂ ਜੇ ਕੰਮ ਹੀ ਕਰਨਾ ਹੈ ਤਾਂ 25 ਲੱਖ ਛੱਡੋ 5-10 ਲੱਖ ਰੁਪਇਆ ਲਾ ਕੇ ਪੰਜਾਬ ਦੇ ਵਿੱਚ ਸੈੱਟ ਹੋ ਜਾਓ ਜਿਹੜੇ ਕਿਤੇ ਡਿਲੀਵਰੀ ਬੁਆਏ ਲੱਗੋਗੇ ਉਸੇ ਹੋਟਲ ਦੇ ਉਸੇ ਦੁਕਾਨ ਦੇ ਮਾਲਕ ਵੀ ਬਣ ਸਕਦੇ ਹੋ ਲੋੜ ਹੈ ਇੱਕ ਸਹੀ ਦਿਸ਼ਾ ਦੇਣ ਨੂੰ ਲੋੜ ਹੈ ਆਪਣੀ ਪਨੀਰੀ ਨੂੰ ਇੱਕ ਸਹੀ ਦਿਸ਼ਾ ਦੇਵੇ ਇੱਕ ਵਾਰ ਇੱਕ ਸਾਡੇ ਪਿੰਡ ਦਾ ਮੁੰਡਾ ਵਿਸ਼ਾਖਾਪਟਨਮ ਚਲਾ ਗਿਆ ਉੱਥੇ ਜਾ ਕੇ ਉਹਦੀ ਕੋਈ ਟ੍ਰੇਨਿੰਗ ਸੀਗੀ ਉਹ ਹੋਟਲ ਦੇ ਵਿੱਚ ਕਮਰਾ ਲਿਆ ਤੇ ਆਪਦਾ ਆਧਾਰ ਕਾਰਡ ਦਿਖਾਇਆ ਆਧਾਰ ਕਾਰਡ ਤੇ ਐਡਰੈਸ ਸੀ ਬਠਿੰਡਾ ਦਾ ਉਸ ਹੋਟਲ ਦੇ ਮਾਲਕ ਨੇ ਪੁੱਛਿਆ ਤੂੰ ਮਲੂਕਾ ਸਰ ਨੂੰ ਜਾਣਦਾ ਹੈ ਕਹਿੰਦਾ ਮੇਰੇ ਚਿਹਰੇ ਤੇ ਇੱਕ ਰੌਨਕ ਆ ਗਈ ਯਾਰ ਵਿਸ਼ਾਖਾਪਟਨਮ ਵਰਗੀ ਐਨੇ ਦੂਰ ਸਾਊਥ ਇੰਡੀਆ ਦੇ ਵਿੱਚ ਵੀ ਇੱਕ ਪਠੰਡੇ ਦੇ ਵਿੱਚ ਛੋਟਾ ਜਿਹਾ ਪਿੰਡ ਹੈ ਉਹਨੂੰ ਜਾਣਨ ਵਾਲੇ ਲੋਕ ਨੇ ਉਸ ਟਾਈਮ ਨੂੰ ਉਹਦੀ ਫੋਨ ਕੀਤਾ ਤੇ ਪਹਿਲੀ ਗੱਲ ਬੋਲੀ ਕਹਿੰਦਾ ਬੱਲੇ ਬੱਲੇ ਕਰਾਈ ਪਈਆਂ ਮਲੂਕਾ ਇਸ ਵਾਲਿਆ ਮੈਂ ਕਿਹਾ ਕੀ ਆ ਗੱਲ ਹੈ ਮੈਂ ਕਿਹਾ ਰੱਬ ਦੀ ਕਿਰਪਾ ਹੈ ਪਰ ਉਹਨੇ ਦੱਸਿਆ ਮੈਂ ਕਿਹਾ ਤੈਨੂੰ ਉਹਨਾਂ ਨੂੰ ਕਿਵੇਂ ਪਤਾ ਹੈ ਕਹਿੰਦੇ ਉਸ ਹੋਟਲ ਦੇ ਮਾਲਕ ਦਾ ਬੇਟਾ ਮਲੂਕਾ ਇਸ ਵਿੱਚ ਪੜ ਰਿਹਾ ਸੀ ਤਿੰਨ ਕੈਟੇਗਰੀ ਆਫ ਸਟੂਡੈਂਟਸ ਨੂੰ ਮਲੂਕਾ ਇਸ ਵੱਲੋਂ ਫ੍ਰੀ ਕੋਚਿੰਗ ਦਿੱਤੀ ਜਾਊਗੀ ਆਪ ਦੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਪਹਿਲੇ ਉਹ ਜਿਹੜੇ ਜੈਨੂਇਨਲੀ ਗਰੀਬ ਪਰਿਵਾਰ ਤੋਂ ਤੇ ਮਿਹਨਤੀ ਬੱਚੇ ਨੇ ਦੂਸਰਾ ਉਹ ਕੈਟਾਗਰੀ ਆਫ ਸਟੂਡੈਂਟ ਜਿਨ੍ਹਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਸ਼ਹਾਦਤ ਹੋ ਗਈ ਹੋਵੇ ਇੰਡੀਅਨ ਆਰਮੀ ਦੇ ਵਿੱਚ ਤੇ ਤੀਸਰੇ ਉਹ ਕੈਟਾਗਰੀ ਆਫ ਸਟੂਡੈਂਟ ਜਿਨ੍ਹਾਂ ਨੇ ਅਮ੍ਰੇਸ਼ਾ ਕਰ ਹੋਵੇ ਅੱਜ ਵੀ ਮੁਲੋਕਾ ਇਸ ਦੀ ਅਲੱਗ-ਅਲੱਗ ਬ੍ਰਾਂਚਸ ਦੇ ਉੱਤੇ ਚਾਹੇ ਉਹ ਦੋ ਦਿੱਲੀ ਬ੍ਰਾਂਚਸ ਨੇ ਬਠਿੰਡਾ ਹੈ ਪਟਿਆਲਾ ਹੈ ਚੰਡੀਗੜ੍ਹ ਹੈ ਪੂਨੇ ਹੈ ਅਮਰਾਵਤੀ ਹੈ ਗੋਹਾਟੀ ਮੁੰਬਈ ਉਦੈਪੁਰ ਅਲੱਗ-ਅਲੱਗ ਜਗ੍ਹਾ ਤੇ ਬ੍ਰਾਂਚਸ ਹੈ ਕਿਤੇ ਵੀ ਜਾਊਗਾ ਤਾਂ ਬੱਚਾ ਇਸ ਕੈਟਾਗਰੀ ਆਫ ਸਟੂਡੈਂਟਸ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਚਲੂਗੀ ਜੇ ਮੈਂ ਇੱਥੇ ਰਹਿ ਕੇ ਆਪਣੇ ਪਿੰਡ ਦਾ ਨਾਂ ਤੇ ਆਪਣੇ ਮਾਪਿਆਂ ਦਾ ਨਾਂ ਪੰਜਾਬੀਓ ਇਸ ਭੇੜਚਾਲ ਨੂੰ ਛੱਡੋ ਪੰਜਾਬ ਨਾ ਛੱਡੋ ਐਲ ਛੱਡੋ ਤੇ ਡੀਸੀ ਤੇ ਐਸਐਸਪੀ ਦੀਆਂ ਕੁਰਸੀਆਂ ਵੱਲ ਹੋ ਤਾਂ ਕਿ ਅਗਲੇ ਵਾਰ ਤੁਸੀਂ ਨਹੀਂ ਤੁਹਾਡੇ ਬੱਚੇ ਹੁਣ ਡੈਫੀਨੇਟਲੀ ਡੀਸੀ ਤੇ ਐਸਐਸਪੀ ਦੀਆਂ ਕੁਰਸੀਆਂ ਤੇ ਬੈਠ ਸਕਣ ਤੇ ਲਾਲ ਬੱਤੀ ਹੁਣ ਤੁਹਾਡੇ ਕਰੀ ਜਾਵੇ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ